ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਤਰਬੈਣੀ ਸਾਹਿਬ ਜੋ ਕਿ ਗੁਰੂ ਕੇ ਲਾਹੌਰ ਵਿਖੇ ਪੈਂਦਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ ਦੇ ਉੱਪਰ ਮਾਤਾ ਜੀਤੋ ਜੀ ਨੂੰ ਵਿਆਹੁਣ ਆਏ ਤਾਂ ਸੰਗਤ ਨੇ ਬੇਨਤੀ ਕੀਤੀ ਕਿ ਇਸ ਜਗ੍ਹਾ 'ਤੇ ਪਾਣੀ ਦੀ ਬਹੁਤ ਘਾਟ ਹੈ, ਮਹਾਰਾਜ ਜੀ ਕਿਰਪਾ ਕਰੋ। ਤਾਂ ਮਹਾਰਾਜ ਜੀ ਨੇ ਆਪਣੇ ਸ਼ਸਤਰਾਂ ਦੇ ਵਿੱਚੋਂ ਇੱਕ ਸ਼ਸਤਰ ਕਿਰਪਾ ਬਰਸ਼ਾ ਜੋ ਕਿ ਇਸ ਸਥਾਨ ਦੇ ਉੱਪਰ 3 ਵਾਰ ਮਾਰਿਆ ਅਤੇ 3 ਧਾਰਾਂ ਜਲਦੀਆਂ ਪ੍ਰਗਟ ਕੀਤੀਆਂ, ਜੋ ਕਿ ਅਜੇ ਤੱਕ ਨਿਰੰਤਰ ਜਲ ਉਸੇ ਹੀ ਤਰ੍ਹਾਂ ਚੱਲ ਰਿਹਾ ਹੈ। ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਤਰਬੈਣੀ ਸਾਹਿਬ ਹੈ ਜਿਸ ਦੇ 3 ਪਾਸਿਆਂ ਤੋਂ ਜਲ ਆਉਂਦਾ ਹੈ। ਸੋ ਇਹ ਜਲ ਸਮੇਂ ਦੇ ਨਾਲ ਨਿਰੰਤਰ ਚੱਲਦਾ ਹੀ ਰਹਿੰਦਾ ਹੈ ਅਤੇ ਇਹ ਕਦੇ ਵੀ ਖਤਮ ਨਹੀਂ ਹੁੰਦਾ। ਸੋ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਇਸ ਨਗਰ ਦੇ ਉੱਪਰ, ਆਪ ਜੀ ਦਰਸ਼ਨ ਕਰੋ। ਇਸ ਜਲ ਨੂੰ ਨਗਰ ਦੇ ਅਤੇ ਹੋਰ ਵੀ ਸਿੱਖ ਸੰਗਤਾਂ ਛਕਣ ਵਾਸਤੇ ਲੈ ਕੇ ਜਾਂਦੀਆਂ ਹਨ। ਇਹੀ ਜਲ ਪੀਣ ਯੋਗ ਹੈ ਇਸ ਇਲਾਕੇ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।